ਮੈਂ ਸਤੀਸ਼ ਮਾਜਰ, ਚੇਅਰਮੈਨ ਸ਼ਿਵਸੈਨਾ ਹਿੰਦੁਸਤਾਨ ਪੰਜਾਬ ਪ੍ਰਦੇਸ਼। ਮੈਂ ਚੈਨਲ ਨੂੰ ਵਧਾਈ ਦਿੰਦਾ, ਪੰਜਾਬ ਸਹਾਰਾ ਸਮਾਚਾਰ ਚੈਨਲ ਜਿਹੜਾ ਆਇਆ ਲਾਂਚ ਹੋਣੇ ਜਾ ਰਿਹਾ, ਮੇਰੀ ਇਸ ਚੈਨਲ ਨੂੰ ਵਧਾਈ ਹੈ ਵੀ ਇਹ ਚੈਨਲ ਜਿਹੜਾ ਸੱਚਾਈ, ਜਿਹੜੀ ਸੱਚਾਈ ਪੱਤਰਕਾਰ ਕੱਢਦੇ ਨੇ ਉਹ ਸੱਚਾਈ ਹੈ ਕੱਢ ਕੇ ਪੰਜਾਬ ਦੀ ਅੱਗੇ ਰੱਖਣ। ਮੈਂ ਆਸ ਕਰਨਾ ਕਿ ਇਹ ਚੈਨਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗਾ। ਜੈ ਹਿੰਦ, ਜੈ ਭਾਰਤ। ਮੈਂ ਡਾਕਟਰ ਅਨਿਲ ਗਰਗ, ਰਾਜ ਹੋਸਪਿਟਲ ਸਿੰਬਲ ਚੌਕ ਪਠਾਨਕੋਟ ਕੀ ਤਰਫ ਸੇ ਸਭੀ ਪੰਜਾਬ ਵਾਸੀਓ ਔਰ ਦੇਸ਼ ਵਾਸੀਓ ਕੋ ਦੀਵਾਲੀ ਕੀ ਸ਼ੁਭਕਾਮਨਾਏ ਦੇਤਾ ਹੂੰ। ਸਾਥ ਹੀ ਮੈਂ ਸਹਾਰਾ ਸਮਾਚਾਰ ਸਮੂਹ ਕੇ ਸਭੀ ਕਾਰਯਕਰਤਾਓਂ ਕੋ ਵਧਾਈ ਦੇਣਾ ਚਾਹਤਾ ਹੂੰ ਔਰ ਮੈਂ ਪ੍ਰਾਰਥਨਾ ਕਰਤਾ ਹੂੰ ਭਗਵਾਨ ਸੇ ਕਿ ਇਨਕੋ ਦਿਨ ਦੁਗਣੀ ਰਾਤ ਚੌਗਣੀ ਉਨਤੀ ਕਰਾਏ ਔਰ ਸਾਥ ਹੀ ਮੈਂ ਅਖਬਾਰ ਸਮੂਹ ਸੇ ਔਰ ਸਮਾਚਾਰ ਚੈਨਲ ਸਮੂਹ ਸੇ ਮੈਂ ਬੇਨਤੀ ਕਰਤਾ ਹੂੰ ਕਿ ਵੋ ਹਮੇਸ਼ਾ ਸੱਚਾਈ ਕਾ ਸਾਥ ਦੇ ਔਰ ਸੱਚਾਈ ਕੋ ਲੋਗੋ ਕੇ ਸਾਹਮਣੇ ਲੈ ਕੇ ਆਏ ਔਰ ਪੂਰੀ ਮਿਹਨਤ ਔਰ ਇਮਾਨਦਾਰੀ ਸੇ ਕਾਮ ਕਰੇ ਔਰ ਦੇਸ਼ ਕੀ ਉਨਤੀ ਮੇਂ ਭਾਗੀਦਾਰੀ ਦੇ। ਧੰਨਵਾਦ। ਮੈਂ ਰਾਸ਼ਟਰੀ ਸਵੰਮ ਸੇਵਕ ਸੰਘ ਦੇ ਕਾਰਯਕਰਤਾ ਦੇ ਨਾਤੇ ਇਸ ਸਮਾਚਾਰ PSS ਨੂੰ ਵਧਾਈ ਦਿੰਦਾ ਹਾਂ ਔਰ ਦੀਵਾਲੀ ਦੀ ਮੁਬਾਰਕਬਾਦ ਦਿੰਦਾ ਹਾਂ। ਚੁਗਣੀ ਰਾਤ ਚੁਗਣੀ ਮਿਹਨਤ ਕਰੇ, ਅੱਜ ਦੀਆਂ ਬੁਰਾਈਆਂ ਨੂੰ ਬਾਹਰ ਕੱਢ ਕੇ ਉਹਨਾਂ ਦਾ ਪਰਦਾਫਾਸ਼ ਕਰਕੇ ਉਹਨਾਂ ਦੇ ਵਿੱਚ ਸਵੱਛਤਾ ਲਾਏ। ਉਹਨਾਂ ਨੂੰ ਇਹੋ ਹੀ ਮੈਂ ਇੱਕ ਆਗਾਹ ਕਰਾਂਗਾ ਕਿ ਸਮਾਜ 'ਚ ਜੋ ਕ੍ਰਿਤੀਆਂ ਇਸ ਦੇਸ਼ ਔਰ ਸਮਾਜ ਦੀ ਕ੍ਰਿਤੀਆਂ ਜਿਹੜੀਆਂ ਹੈ ਉਸਨੂੰ ਉਜਾਗਰ ਕਰਨ ਦੀ ਹਿੰਮਤ ਆਏ। ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜਿਹੜਾ ਕਿ 30 ਤਰੀਕ ਨੂੰ ਲਾਂਚ ਕਰਨਾ ਜਾ ਰਿਹਾ ਹਾਂ। ਇਹ ਦਿਨ ਦੁਗਣੀ ਰਾਤ ਚੁਗਣੀ ਮਿਹਨਤ ਕਰਕੇ ਔਰ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਪੰਜਾਬ 'ਚ ਉਜਾਗਰ ਕਰੇ, ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਧੰਨਵਾਦ। ਮੈਂ ਡਾਕਟਰ ਪ੍ਰਗਤੀ ਸ਼ਰਮਾ, ਨਵ ਚੇਤਨ ਮਲਟੀ ਸਪੈਸ਼ਲਿਟੀ ਹੋਸਪਿਟਲ ਮੈਂ ਗਾਇਨੈਕੋਲੋਜਿਸਟ ਹੂੰ। ਇਹ ਹਮਾਰੀ ਪੂਰੀ ਯੂਨਿਟ ਕੀ ਤਰਫ ਸੇ, ਜੋ ਨਵ ਚੇਤਨ ਕੀ ਪੂਰੀ ਯੂਨਿਟ ਕੀ ਤਰਫ ਸੇ, ਇਹ PSS ਚੈਨਲ ਕੋ ਬਹੁਤ ਬਹੁਤ ਸ਼ੁਭਕਾਮਨਾਏ ਦੇਣਾ ਚਾਹਤੇ ਹੈ। ਔਰ ਇਹ ਲਾਂਚ ਹੋ ਰਹਾ ਹੈ 30th October ਕੋ, ਦੀਵਾਲੀ ਕੇ ਸ਼ੁਭ ਦਿਨ ਪੇ ਇਹ ਲਾਂਚ ਹੋ ਰਹਾ ਹੈ। ਤੋ ਹਮਾਰੀ ਓਰ ਸੇ ਇਹ ਪੂਰਾ ਪੂਰਾ ਇਨਕੇ ਲਈ ਹਾਰਦਿਕ ਸ਼ੁਭਕਾਮਨਾਏ ਹੈ। ਇਹ ਅੱਛਾ ਕਾਮ ਕਰੇ ਸੋਸਾਇਟੀ ਮੇਂ, ਜੋ ਨਿਊਜ਼ ਚੈਨਲ ਔਰ ਰਿਪੋਰਟਰਸ ਜਿਸ ਰੀਜ਼ਨ ਔਰ ਜਿਸ ਮੋਟਿਵ ਕੇ ਸਾਥ ਇਹ ਚਲਾਤੇ ਹੈ, ਇਹ ਓਨੈਸਟੀ ਕੀ ਤਰਫ ਜ਼ਿਆਦਾ ਜਾਏ ਔਰ ਕ੍ਰਾਈਮ ਕੋ ਰੋਕੇ ਸੋਸਾਇਟੀ ਮੇਂ, ਇਹ ਹਮਾਰੀ ਤਰਫ ਸੇ ਬਹੁਤ ਬਹੁਤ ਸ਼ੁਭਕਾਮਨਾਏ। ਮੈਂ ਰਜਿੰਦਰ ਕੁਮਾਰ, ਤਰੁਣ ਡਿਸਟਰ ਸਟੂਡੀਓ ਤੋਂ ਪੰਜਾਬ ਸਹਾਰਾ ਸਮਾਚਾਰ ਚੈਨਲ ਨੂੰ ਇਸਦੇ ਲਾਂਚ ਹੋਣ 'ਤੇ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਇਹ ਚੈਨਲ ਦਿਨ ਦੁਗਣੀ ਰਾਤ ਚੁਗਣੀ ਵੱਧ ਤੋਂ ਵੱਧ ਤਰੱਕੀ ਕਰੇ। ਜੈ ਹਿੰਦ।